गुरु गोबिंद सिंह महाराज 14 जंगा लड़न तो बाद आखिरी जंग मुक्तसर साहब की खिदराने की ढाब की लड़के तो इधर दमदमा साहब न आए ने। गुरु साहब उस टिब्बे की ढलाण दे विच आके जो गेट दे कोल जांदा उत्थे ते महाराज ने सिखा ने घोड़े बन्ने इत्थे आके फिर महाराज बह गए सी। इत्थे आके फिर गुरु साहब ने वरद ते मालवे नूं पहला इहनूं जंगल देश कहिंदे हुंदे सी ते महाराज ने कहा सी डल्या वेख पानी दीआं नहरां चलदीआं ते डल्ले ने कहा महाराज नहीं इह तां टिब्बिआं दा रेता चमकदा इत्थे नहरां किथे तां मारूथल दा इलाका है समां आएगा ये बचन सच होणगे। अज तुसीं देखो मालवे दे विच जिन्नीआं नहरां चलदीआं ना दुआबे च ना माझे च जिस जंड साहब दे थल्ले आपां खलोते हाँ इहदी एक वक्खरी पहचान सी। अज तो 8-10 साल पहलां इहदी जिहड़ी टीसी वाली टाहणी आ ना इह चिट्टी हुंदी सी बिलकुल। अत ऊंचा ताका दरबारा अंत नहीं किश पारा वारा वाहिगुरु जी का खालसा श्री वाहिगुरु जी की फतेह। ਤੁਸੀਂ ਵੇਖ ਰਹੇ ਹੋ ਸ਼ਬਦ ਚੈਨਲ ਦੀ ਇਹ ਕੋਸ਼ਿਸ਼ ਰਹਿੰਦੀ ਹੈ ਕਿ ਅਸੀਂ ਸੰਗਤਾਂ ਲਈ ਵੱਖ ਵੱਖ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਵਾਈਏ ਅਤੇ ਅੱਜ ਅਸੀਂ ਪਹੁੰਚੇ ਹਾਂ ਪਿੰਡ ਕੋਟ ਸ਼ਮੀਰ ਜ਼ਿਲ੍ਹਾ ਬਠਿੰਡਾ ਦੇ ਗੁਰਦੁਆਰਾ ਸ਼੍ਰੀ ਜਲਸਰ ਸਾਹਿਬ ਅਤੇ ਅੱਜ ਤੁਹਾਨੂੰ ਅਸੀਂ ਇਸ ਗੁਰਦੁਆਰੇ ਦਾ ਇਤਿਹਾਸ ਦੱਸਾਂਗੇ। ਉਦੋਂ ਬਾਬਾ ਜੀ ਖੇਤ ਦੇ ਵਿੱਚ ਕੰਮ ਕਰ ਰਹੇ ਆ ਅਸੀਂ ਤੁਹਾਡੀ ਗੱਲਬਾਤ ਕਰਵਾਵਾਂਗੇ ਬਾਬਾ ਜੀ ਦੇ ਕੋਲ ਜਾ ਕੇ ਅਤੇ ਉਹ ਤੁਹਾਨੂੰ ਇਤਿਹਾਸ ਬਾਰੇ ਜਾਣੂ ਕਰਵਾਉਣਗੇ। ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਹਾਨੂੰ ਤੇ ਸ਼ਬਦ ਚੈਨਲ ਦੇ ਸਾਰੇ ਸਰੋਤਿਆਂ ਨੂੰ। ਹਾਂਜੀ ਬਾਬਾ ਜੀ ਅੱਜ ਅਸੀਂ ਤੁਹਾਡੇ ਇੱਥੇ ਗੁਰਦੁਆਰਾ ਸਾਹਿਬ ਜੰਡ ਸਾਹਿਬ ਦੇ ਵਿੱਚ ਪਹੁੰਚੇ ਹਾਂ ਤੁਸੀਂ ਸਾਨੂੰ ਇਸ ਗੁਰਦੁਆਰੇ ਦਾ ਇਤਿਹਾਸ ਦੱਸ ਸਕਦੇ ਹੋ? ਜੀ ਜੀ ਸਭ ਤੋਂ ਪਹਿਲਾਂ ਤਾਂ ਇਹ ਬੇਨਤੀ ਕਰੂੰਗਾ ਮੈਂ ਤੁਹਾਨੂੰ ਜੀ ਆਇਆਂ ਨੂੰ ਇਹ ਗੁਰਦੁਆਰਾ 10ਵੇਂ ਪਾਤਸ਼ਾਹ ਮਹਾਰਾਜ ਜੀ ਦਾ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਅਸੀਂ ਇੱਥੇ ਸੇਵਾਦਾਰ ਹਾਂ। 1705 ਈਸਵੀ ਦੇ ਵਿੱਚ ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ 14 ਜੰਗਾਂ ਲੜਨ ਤੋਂ ਬਾਅਦ ਆਖਰੀ ਜੰਗ ਮੁਕਤਸਰ ਸਾਹਿਬ ਦੀ ਖਿਦਰਾਣੇ ਦੀ ਢਾਬ ਦੀ ਲੜਕੇ ਅਤੇ ਇੱਧਰ ਨੂੰ ਦਮਦਮਾ ਸਾਹਿਬ ਨੂੰ ਆਏ ਨੇ ਇੱਥੇ ਫਿਰ ਡੱਲਾ ਚੌਧਰੀ ਦੀ ਰਿਆਸਤ ਸੀ ਉਹਨਾਂ ਨੇ ਮਹਾਰਾਜ ਨੂੰ ਜੀਉ ਆਇਆ ਕਹਿਣ ਵਾਸਤੇ ਅੱਗੇ ਆਇਆ। ਇੱਥੇ ਮਹਾਰਾਜ ਦਮਦਮਾ ਸਾਹਿਬ ਦੀ ਧਰਤੀ ਤੋਂ ਜਦੋਂ ਸ਼ਾਮ ਨੂੰ ਟਹਿਲਣ ਵਾਸਤੇ ਨਿਕਲਦੇ ਸੀ ਨਾ ਨਾਲ ਸਿੰਘ ਹੁੰਦੇ ਸੀ ਬਾਬਾ ਦੀਪ ਸਿੰਘ ਜੀ ਬਾਬਾ ਮਨੀ ਸਿੰਘ ਜੀ ਬਾਬਾ ਦਾਨ ਸਿੰਘ ਜੀ ਜਿਨ੍ਹਾਂ ਨੇ ਮਾਲਵੇ ਦੀ ਸਿੱਖੀ ਰੱਖੀ ਹੈ ਅਤੇ ਨਾਲ ਭਾਈ ਡੱਲ ਅਤੇ ਨਾਲ ਸਿਪਾਹੀ ਅਤੇ ਸਿੱਖ ਸੇਵਾਦਾਰ ਹੁੰਦੇ ਸੀ। ਉਸ ਵੇਲੇ 1705 ਈਸਵੀ ਦੇ ਵਿੱਚ ਪਹਿਲਾਂ ਗੁਰੂ ਸਾਹਿਬ ਗਏ ਨੇ ਕੋਟ ਸ਼ਮੀਰ ਪਿੰਡ ਦੇ ਵਿੱਚ ਗੁਰਦੁਆਰਾ ਸਾਹਿਬ ਹੈ ਗੁਰਦੁਆਰਾ ਗੁਰੂ ਸਰ ਸਾਹਿਬ ਉੱਥੋਂ ਹੋ ਕੇ ਮਹਾਰਾਜ ਫਿਰ ਇੱਥੇ ਆਏ ਨੇ। ਇਹ ਉਸ ਵੇਲੇ ਜਿੰਨਾ ਹੁਣ ਤੁਸੀਂ ਉਹ ਦਰਬਾਰ ਸਾਹਿਬ ਦਾ ਗੁੰਬਦ ਦਿਖਾਇਓ ਥੋੜ੍ਹਾ ਜੀ ਐਡਾ ਵੱਡਾ ਉੱਚਾ ਟਿੱਬਾ ਹੁੰਦਾ ਸੀ ਇੱਥੇ ਟੀਸੀ ਹੁੰਦੀ ਸੀ ਜਿੱਥੇ ਹੁਣ ਗੁੰਬਦ ਦੀ ਟੀਸੀ ਹੈ ਨਾ ਐਡਾ ਵੱਡਾ ਉੱਚਾ ਟਿੱਬਾ ਹੁੰਦਾ ਮਾਰੂਥਲ ਹੁੰਦਾ ਸੀ ਅਤੇ ਗੁਰੂ ਸਾਹਿਬ ਉਸ ਟਿੱਬੇ ਦੀ ਢਲਾਣ ਦੇ ਵਿੱਚ ਆ ਕੇ ਜੋ ਗੇਟ ਦੇ ਕੋਲ ਜਾਂਦਾ ਉੱਥੇ ਤੇ ਮਹਾਰਾਜ ਨੇ ਸਿੱਖਾਂ ਨੇ ਘੋੜੇ ਬੰਨੇ ਇੱਥੇ ਆ ਕੇ ਫਿਰ ਮਹਾਰਾਜ ਬਹਿ ਗਏ ਸੀ। ਇੱਥੇ ਆ ਕੇ ਫਿਰ ਗੁਰੂ ਸਾਹਿਬ ਨੇ ਵਰਦ ਅਤੇ ਮਾਲਵੇ ਨੂੰ ਪਹਿਲਾਂ ਇਹਨੂੰ ਜੰਗਲ ਦੇਸ਼ ਕਹਿੰਦੇ ਹੁੰਦੇ ਸੀ ਅੱਜ ਵੀ ਤੁਸੀਂ ਮਾਝੇ ਦੁਆਬੇ 'ਚ ਜਾਓ ਕੋਈ ਮਾਲਵਾ ਨਹੀਂ ਕਹਿੰਦਾ ਅੱਜ ਵੀ ਕਹਿੰਦੇ ਆ ਜੰਗਲ ਦੇਸ਼ ਕਿਉਂਕਿ ਇੱਥੇ ਪਾਣੀ ਦੀ ਬਹੁਤ ਕਮੀ ਸੀ ਕੋਈ ਫਸਲਾਂ ਨਹੀਂ ਸੀ ਹੁੰਦੀਆਂ। ਇਸ ਜੰਡ ਥੱਲੇ ਖੜੋ ਕੇ ਸੱਚੇ ਪਾਤਸ਼ਾਹ ਮਹਾਰਾਜ ਨੇ ਫਿਰ ਡੱਲੇ ਨੂੰ ਸੰਬੋਧਨ ਹੋ ਕੇ ਨਾ ਇੱਧਰ ਨੂੰ ਛਿਪਦੇ ਨੂੰ ਹੱਥ ਕਰਕੇ ਅਤੇ ਮਹਾਰਾਜ ਨੇ ਕਿਹਾ ਸੀ ਡੱਲਿਆ ਵੇਖ ਪਾਣੀ ਦੀਆਂ ਨਹਿਰਾਂ ਚੱਲਦੀਆਂ ਅਤੇ ਡੱਲੇ ਨੇ ਕਿਹਾ ਮਹਾਰਾਜ ਨਹੀਂ ਇਹ ਤਾਂ ਟਿੱਬਿਆਂ ਦਾ ਰੇਤਾ ਚਮਕਦਾ ਇੱਥੇ ਨਹਿਰਾਂ ਕਿੱਥੇ ਤਾਂ ਮਾਰੂਥਲ ਦਾ ਇਲਾਕਾ ਹੈ। ਮਹਾਰਾਜ ਨੇ ਫਿਰ ਦੂਸਰਾ ਬਚਨ ਕੀਤਾ ਵੀ ਡੱਲਿਆ ਦੇਖ ਇੱਥੇ ਅੰਬਾਂ ਦੇ ਬਾਗ ਝੂਮਦੇ ਆ ਅਤੇ ਡੱਲਾ ਭਾਈ ਡੱਲਾ ਕਹਿਣ ਲੱਗਾ ਮਹਾਰਾਜ ਨਹੀਂ ਇਹ ਅੰਬਾਂ ਦੇ ਬਾਗ ਨਹੀਂ ਇਹ ਅੱਕਾਂ ਦੀਆਂ ਕੁੱਕੜੀਆਂ। ਇਸ ਤਰ੍ਹਾਂ 4-5 ਬਚਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਇੱਥੇ ਕੀਤੇ ਅਤੇ ਉਹ ਬਚਨ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਡੱਲਿਆ ਜੇ ਤਾਂ ਤੂੰ 7 ਬਚਨ ਕਹਿ ਦਿੰਦਾ ਅਤੇ ਅੱਜ ਹੀ ਸੱਚ ਹੋ ਜਾਣੀ ਸੀ ਅਤੇ ਪਰ ਹੁਣ ਤੂੰ ਨਹੀਂ ਆਉਣਾ ਅਤੇ ਮੈਂ ਨਹੀਂ ਹੋਣਾ ਸਮਾਂ ਆਏਗਾ ਇਹ ਬਚਨ ਸੱਚ ਹੋਣਗੇ। ਅੱਜ ਤੁਸੀਂ ਦੇਖੋ ਮਾਲਵੇ ਦੇ ਵਿੱਚ ਜਿੰਨੀਆਂ ਨਹਿਰਾਂ ਚੱਲਦੀਆਂ ਨਾ ਦੁਆਬੇ 'ਚ ਹੈ ਨਾ ਮਾਝੇ 'ਚ ਹੈ ਅੱਜ ਇਹ ਸਾਰੀ ਮਾਲਵੇ ਦੀ ਧਰਤੀ ਤੁਸੀਂ ਪਟਿਆਲੇ ਤੋਂ ਲੈ ਕੇ ਅਤੇ ਕਰਨਪੁਰ ਤੱਕ ਦੇਖੋ ਕਿੰਨੂਆਂ ਦੇ ਬਾਗ ਮਾਲਟਿਆਂ ਦੇ ਬਾਗ ਅੰਬਾਂ ਦੇ ਬਾਗ ਅਮਰੂਦਾਂ ਦੇ ਬਾਗ ਉਹ ਬਚਨ 10ਵੇਂ ਪਾਤਸ਼ਾਹ ਮਹਾਰਾਜ ਜੀ ਦੇ ਸੱਚ ਹੋਏ। ਇਹ ਅਸਥਾਨ ਫਿਰ ਗੁਰਪ੍ਰਤਾਪ ਸੂਰਜ ਗ੍ਰੰਥ ਵਿੱਚੋਂ ਪੜ੍ਹ ਕੇ ਅਤੇ ਇੱਥੇ ਇੱਕ ਅਲਮਸਤ ਫਕੀਰ ਬਾਬਾ ਭੁੱਖੜਦਾਸ ਜੀ ਹੋਏ ਨੇ ਇਸ ਇਲਾਕੇ ਦੇ ਵਿੱਚ ਉਹਨਾਂ ਨੇ ਫਿਰ ਇਸ ਅਸਥਾਨ ਨੂੰ ਪ੍ਰਗਟ ਕੀਤਾ ਵੀ ਆਹ ਉਹ ਅਸਥਾਨ ਹੈ ਜਿੱਥੇ
गुरु गोबिंद सिंह महाराज आए तो आ जंड साहब है, जिस जंड साहब के थले आप खलोते हाँ यदी एक वक्री पहचान सी। अज तो 8-10 साल पहला यदि जी टीसी वाली टाहनी है ना, ये चिट्टी होंगी सी, बिल्कुल दुध वर्गी चिट्टी, पत्ते भी चिट्टे, लकड़ भी चिट्टी, पर तूफान आन करके वह टुट गई। उस तो बाद वो चिट्टी टाहनी नहीं फुटी। 1999 ईस्वी के सारे इलाके संगतां ने चट्ठे वाला, जीवन सिंह वाला, इधर ला लो तुसी मेहता, जस्सी, कोट फत्ता, कोट भारा, कोट शमीर, आ सारे नगरां दीआं संगतां ने रल के इस अस्थान की सेवा सिंह साहब जथेदार बलजीत सिंह जी दादूवाल, जो अजकल मुख सेवादार गुरद्वारा श्रोमणी कमेटी प्रबंधक कमेटी हरियाणा दे विच सेवा कर रहे ने, उन्हां नूं सौंपी। काफ़ी लंबा समा वो इत्थे रहे। आ सारी सेवा जिहड़ी है चार दुआरी दी है, सारी दरबार साहब संगतां ने पहला ही बनाया सी, ते बाकी सेवा सारी उन्होंने इत्थे रह के जिथे वड्डे पद्धर ते धर्म प्रचार देशों विदेशों च कीता, पखंडवाद के डेरे नूं नंगा कीता, वह सारी लड़ाई सिंह साहब जी ने इत्थों बैठ के लड़ी। 2014 तक फिर वो इत्थे रहे। 2014 तो बाद उन्हां कोले एक गुरद्वारा दादू साहब है हरियाणी दे विच कालां वाली मंडी कोले, उत्थे फिर उन्होंने अपनी रहायश कर ली है, तो हुण उत्थों सारियां सेवावां देखदे है। उन्हां वल्लों असीं इत्थे सेवा कर रहे हां, संगतां दा वड्डा सहयोग है, कार सेवावां चल रहियां ने। बाबा जी जिहड़ा आ इत्थे लिखिया होया गा, मैं गुरु गोबिंद सिंह पातशाह जी दे दर्शन कीते हन, तुसीं मेरे करो कृपा करके मनमत ना करो, इहदा की मतलब आ? इह सानूं मजबूर हो के लिखना पै गया जी। तुहानूं पता है सिखां दे विच अजे भी बहुत वड्डा तबका ऐसा है जिहड़े ज्ञानहीन ने, विचारे जिहड़े अपनी किरत कमाई करके खांदे ने, उहनां नूं धर्म दा कोई बहुता ज्ञान नहीं है, जां पिछोकड़ तों लै के उह मड़ियां मसाणियां नूं जंडां नूं पूजदे आ रहे हैं। उहनां दे विचों कुझ हिस्सा अजे भी इत्थे आ के जदों मत्था टेकदा सी, कोई खंभनी बन जांदा सी, कोई दीवा रख जांदा सी, भाव के इत्थे मनमत होण लग गई सी। साडे कहण दे बावजूद भी जे असीं कमकार पाठ भजन करके अंदर आराम करन लग जांदे, असीं निगाह भी रखदे, सेवादारां नूं भी कहिंदे, पर फिर भी कोई ना कोई आ के अपनी कारवाई कर जांदा सी। फिर असीं इस करके लिख के लाता, एक मतलब भावना है जंड साहब दी, जंड साहब वल्लों ही असीं लिखिया भी मैं गुरु गोबिंद सिंह दे दर्शन कीते ने। इस जंड साहब की शाम आनी है गुरु गोबिंद सिंह ने, तो उन्होंने बड़िया दातां वरदान दते ने इत्थे मालवे नूं, तो ये असी जंड साहब वल्लों ही उन्होंने भावना प्रगटाई है भी जंड साहब कह रहे हैं भी मैं गुरु गोबिंद सिंह के दर्शन किए ने, जे तुसी मेरे भावना नाल दर्शन करोगे तुहाडे भी सेवा लग जाएगी, दर्शन भी हो जाएंगे, पर इत्थे किसी प्रकार की तड़ागी ना बनो, इत्थे कोई मनमत ना करो, खंभनी ना बनो, दीवा जोत आदि ना करो, ये तां लिखे। हाँ जी बाबा जी, जिहड़े इस गुरुद्वारे जंड साहब दे विच दूर दूर तो संगत आउंदी आ, उन्हां दे इत्थे कोई रहण दा प्रबंध है? हाँ जी, उन्हां दे असीं लंगर पानी का प्रबंध है, इत्थे नहाउण धोण का प्रबंध है, ते जे थोड़ी संगत कोई 10-12 रहण ते साडे कोले रात का प्रबंध भी हैगा, बाकी कार सेवा चल रही है, कमरे बन रहे हैं, हुण दरबार साहब की रिपेयरिंग होनी है, दोबारा चल रही, क्योंकि पुराना स्थान बनया होया, तो फिर भी असीं अपने वल्लों कोशिश करदे। इत्थे बड़ी दूरों दूरों संगत आउंदी है, जम्मू कश्मीर तो, हिमाचल तो, पठानकोट तो, जिथों जो भी संगत दमदमा साहब दर्शन करन वास्ते आउंदी है ना, तो वह इस स्थान पर हो के जाते हैं, जां आउंदे जां जांदे, असीं अपने वल्लों पूरी कोशिश करदे हां कि उन्हां दी जो भी सेवा असीं कर सकीए, उन्हां दे इशनान पानी की, लंगर पानी, चाह पानी की, जे किसी ने रात रुकना है तो फिर असीं 10-12 बंदियां तक इत्थे उन्हां नूं रहायश भी करा लैंदे हां, जे बहुते बंदे होण ते पिंड वाले गुरद्वारा साहब असीं उन्हां नूं भेज दिंदे हां, जां दमदमा साहब जाके रह पैंदे हां। हाँ जी, ये सीगे बाबा बलदीप सिंह चांदपुरा जिन्हां नाल असीं तुहाडी गलबात करवाई। बाबा जी ने सानू जंडाली साहब गुरुद्वारा जिहड़ा उहदे बहुत ही वधिया सानू इतिहास ते चानना पाया। असीं तुहाडे लई इदां दीआं होर इतिहासिक वीडियो लैके आउंदे रहांगे, तद तक तुसीं साडे चैनल नाल जुड़े रहो, लाइक कमेंट शेयर जरूर करना। तद तक लई वाहिगुरू जी का खालसा, श्री वाहिगुरू जी की फतेह। गुरुद्वारा जंडाली साहिब 10वीं पातशाही दा संखेप इतिहास। जदों 10वें गुरु श्री गुरु गोबिंद सिंह जी 11 जंगा लड़न तो बाद तखत श्री दमदमा साहिब पहुंचे, उत्थों ही डल्ला चौधरी अते होर सिंघां समेत इस स्थान ते आए।
इस जंड साहिब हेठा खलो के डल्ले चौधरी नूं संबोधित होके गुरु जी ने मालवे नूं मालो माल होण दा वरदान दिता। इस पवित्र जंड साहिब दे सिर्फ दर्शन इशनान करने हन, किसी भी तरह की कोई भी मनमत नहीं करनी जो गुरमत दे उल्ट होवे। वाहिगुरु जी का खालसा, श्री वाहिगुरु जी की फतेह।